ਬਠਿੰਡਾ ਦੀ ਬਰਨਾਲਾ ਰੋਡ 'ਤੇ ਅੱਜ ਸਵੇਰੇ 5 ਵਜੇ ਦੂਜੀ ਗੱਡੀ ਨੂੰ ਬਚਾਉਂਦਾ ਹੋਇਆ ਟਰਾਲਾ ਪਲਟਿਆ ਪਰ ਜਾਨੀ ਨੁਕਸਾਨ ਤੋਂ ਹੋਇਆ ਬਚਾਅ। ਡਰਾਈਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਉਹ ਬਰਨਾਲਾ ਤੋਂ ਬਠਿੰਡਾ ਸਾਈਡ ਆ ਰਿਹਾ ਸੀ ਤਾਂ ਬਠਿੰਡਾ ਕੈਂਟ ਦੇ ਨੇੜੇ ਆ ਕੇ ਉਸਨੂੰ ਇੱਕ ਕਾਰ ਖੜ੍ਹੀ ਦਿਖਾਈ ਦਿੱਤੀ ਤਾਂ ਉਸ ਕਾਰ ਦੇ ਵਿੱਚ ਇੱਕ ਲੇਡੀਜ਼ ਵੀ ਸੀ ਜੋ ਅਚਾਨਕ ਖੜ੍ਹੇ ਖੜ੍ਹੇ ਉੱਥੋਂ ਚੱਲ ਪਏ ਅਤੇ ਨਾਲ ਆ ਰਹੀ ਗੱਡੀ ਉੱਧਰ ਬਰਾਬਰ ਆ ਕੇ ਉਹਨਾਂ ਦੀ ਚੜ੍ਹ ਚੁੱਕੀ, ਜਿਸ ਨੂੰ ਲੈ ਕੇ ਉਹਨਾਂ ਨੇ ਇਹਨਾਂ ਦੋਵੇਂ ਕਾਰਾਂ ਨੂੰ ਬਚਾਉਂਦੇ ਹੋਏ ਆਪਣਾ ਨੁਕਸਾਨ ਕਰ ਲਿਆ ਅਤੇ ਉਸਨੇ ਟਰਾਲਾ ਉੱਪਰੋਂ ਇਸ ਤਰ੍ਹਾਂ ਕੱਟ ਮਾਰਿਆ ਕਿ ਇਹ ਟਰਾਲਾ ਜਾ ਕੇ ਨਾਲ ਵਾਲੀ ਸਲਿੱਪ ਰੋਡ 'ਤੇ ਡਿੱਗ ਪਿਆ। ਇਹ ਦੇਖ ਰਹੇ ਹੋ ਤੁਸੀਂ ਬਠਿੰਡਾ ਬਰਨਾਲਾ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਜਿੱਥੇ ਇਹ ਟਰਾਲਾ ਕਾਫੀ ਉੱਚੀ ਜਗ੍ਹਾ ਤੋਂ ਹੇਠਾਂ ਡਿੱਗਿਆ। ਤੁਸੀਂ ਦੇਖ ਰਹੇ ਹੋ ਕਿ ਜਦੋਂ ਡਰਾਈਵਰ ਨੇ ਕੱਟ ਮਾਰਿਆ ਤਾਂ ਇਹ ਟਰਾਲਾ ਉਸਦੇ ਹੇਠਾਂ ਡਿੱਗ ਪਿਆ ਅਤੇ ਇਸ ਟਰਾਲੇ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਡਰਾਈਵਰ ਨੇ ਦਾ ਕਹਿਣਾ ਹੈ ਕਿ ਇੱਥੇ ਅਕਸਰ ਹੀ ਇੱਥੇ ਮੁੰਡੇ ਕੁੜੀਆਂ ਹਮੇਸ਼ਾ ਗੱਡੀਆਂ ਦੇ ਵਿੱਚ ਆ ਕੇ ਖੜ੍ਹਦੇ ਹਨ, ਜਿਸ ਦੇ ਨਾਲ ਡਰਾਈਵਰਾਂ ਨੂੰ ਇਸ ਦਾ ਭੁਲੇਖਾ ਪੈਣ ਦੇ ਕਾਰਨ ਇਸ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ। ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਇਹ ਟਰਾਲਾ ਕਾਫੀ ਉੱਚੀ ਜਗ੍ਹਾ ਤੋਂ ਹੇਠਾਂ ਡਿੱਗਿਆ ਹੋਇਆ ਅਤੇ ਜਿੱਥੇ ਇਸ ਵੱਲੋਂ ਸੜਕ ਦਾ ਵੀ ਕਾਫੀ ਨੁਕਸਾਨ ਕੀਤਾ ਗਿਆ। ਸੜਕ ਦੇ ਨਾਲ ਲੱਗੀ ਰੇਲਿੰਗ ਵੀ ਤੋੜ ਕੇ ਇਹ ਟਰਾਲਾ ਹੇਠਾਂ ਜਾ ਡਿੱਗਿਆ। ਨਾਲ ਦੀ ਸਲਿੱਪ ਰੋਡ 'ਤੇ ਇਹ ਟਰਾਲਾ ਡਿੱਗਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ। ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਇਹ ਟਰਾਲਾ ਕਾਫੀ ਉੱਚੀ ਜਗ੍ਹਾ ਤੋਂ ਹੇਠਾਂ ਡਿੱਗਿਆ ਅਤੇ ਇਹ ਸਾਹਮਣੇ ਨਾਲ ਵੀਰੇ ਮੇਰਾ ਨਾਮ ਹਰਪ੍ਰੀਤ ਆ। ਰਾਤ ਬਾਈ ਇੱਥੇ ਨਾ ਅਸੀਂ ਹਰ ਰੋਜ਼ ਹੀ ਲੰਘਦੇ ਹਾਂ, ਇੱਥੇ ਕਾਰਾਂ ਖੜ੍ਹੀਆਂ ਹੁੰਦੀਆਂ ਵਿੱਚ ਕੁੜੀਆਂ ਹੁੰਦੀਆਂ ਆਹ ਰੋਡ 'ਤੇ। ਉੱਧਰੋਂ ਵੀ ਜਦੋਂ ਮੈਂ ਆ ਰਿਹਾ ਸੀ ਮੂਹਰੇ ਇੱਕ ਕਾਰ ਮੇਰੇ ਤੁਰੀ ਆਉਂਦੀ ਸੀ, ਉਹਦੇ ਵਿੱਚ ਕੁੜੀ ਸੀ ਮੁੰਡਾ ਸੀ ਦੋ ਜਾਣੇ, ਅਤੇ ਜਦੋਂ ਆਉਂਦੇ ਸੀ ਮੈਂ ਉਹਨਾਂ ਨੇ ਇੱਕ ਤਾਂ ਮੂਹਰੇ ਬ੍ਰੇਕ ਮਾਰਤੀ, ਮੇਰੀ ਦੂਜੀ ਸਾਈਡ ਵੀ ਕਾਰ ਆਉਂਦੀ ਸੀ ਇੱਕ, ਉਹਨੂੰ ਬਚਾਉਂਦੇ ਬਚਾਉਂਦੇ ਮੇਰੀ ਗੱਡੀ ਜਾ ਥੱਲੇ ਜਾ ਡਿੱਗੀ। ਇਹ ਮੇਰੀ ਬੇਨਤੀ ਆ ਬਾਈ, ਜਿਹੜਾ ਵੀ ਕੋਈ ਦੇਖਦਾ ਵਾ ਇੱਥੇ ਜਿਹੜੇ ਕਾਰਾਂ 'ਚ ਮੁੰਡੇ ਇਹੋ ਜਿਹੀ ਇਹਦੀ ਹਰਾਕ ਇਹੋ ਜਿਹਾ ਕੋਈ ਕਰਦੇ ਆ ਵੀਰਾ ਬਣੇ, ਉਹਨਾਂ ਨੂੰ ਨੱਥ ਪਾਓ, ਦੂਜਿਆਂ ਦਾ ਨੁਕਸਾਨ ਹੁੰਦਾ। ਮੇਰਾ 50-60 ਹਜ਼ਾਰ ਦਾ ਹੁਣ ਨੁਕਸਾਨ ਹੋ ਗਿਆ। ਉਹ ਕੋਈ ਨਹੀਂ ਖੜ੍ਹਾ, ਮੈਨੂੰ ਵਿੱਚੋਂ ਕੱਢਣ ਦੀ ਕੋਸ਼ਿਸ਼ ਵੀ ਨਹੀਂ ਕਰੀ ਉਹਨਾਂ ਨੇ ਗੱਡੀ। ਜੀ ਰੋਜ਼ ਹਰ ਰੋਜ਼ ਇੱਥੇ ਵੀਰੇ ਕਦੇ ਕਿਤੇ ਖੜ੍ਹੀਆਂ ਹੁੰਦੀਆਂ 5-7 ਕਾਰਾਂ। ਇਹ ਬਠਿੰਡਾ ਤੋਂ ਬਰਨਾਲਾ, ਮੈਂ ਤਾਂ ਇੱਧਰੋਂ ਆਇਆ ਮਹਿਲ ਗਲਾਂ ਤੋਂ ਬਰਨਾਲੇ ਤੋਂ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।